ਨੌਜਵਾਨ ਮੁੰਡਾ ਕੁਲਵਿੰਦਰ ਸਿੰਘ ਆਪਣੀ ਵਿਦੇਸ਼ੀ ਸਹੇਲੀ ਨੂੰ ਵਟਸਐਪ 'ਤੇ ਕਾਲ ਕਰਦਾ ਅਤੇ ਉਸ ਤੋਂ ਬਾਅਦ ਵੀਡੀਓ ਕਾਲ ਵੀ ਕੀਤੀ ਜਾਂਦੀ ਹੈ। ਇਸ ਦੇ ਵਿੱਚ ਇੱਕ ਹੋਰ ਮੁੰਡੇ ਨੂੰ ਕਾਲ ਦੇ ਵਿੱਚ ਐਡ ਕੀਤਾ ਜਾਂਦਾ, ਇੱਕ ਲੰਬੀ ਬਹਿਸ ਹੁੰਦੀ ਹੈ ਇਹਨਾਂ ਦੇ ਵਿਚਾਲੇ ਅਤੇ ਉਸ ਮਗਰੋਂ ਕੁਲਵਿੰਦਰ ਸਿੰਘ ਦੀ ਜਾਨ ਚੱਲੀ ਜਾਂਦੀ ਹੈ। ਪਤਾ ਲੱਗਿਆ ਕਿ ਉਹ ਪ੍ਰੇਮਿਕਾ ਜਿਸ ਨੂੰ ਉਹ ਹੱਦੋਂ ਵੱਧ ਪਿਆਰ ਕਰਦਾ ਸੀ, ਉਸਨੇ ਹੀ ਇਸ ਦੇ ਨਾਲ ਐਡਾ ਵੱਡਾ ਧੋਖਾ ਕੀਤਾ ਜਿਸ ਧੋਖੇ ਨੂੰ ਕੁਲਵਿੰਦਰ ਸਿੰਘ ਸਹਾਰ ਨਹੀਂ ਸਕਿਆ। ਬੀਤੀ ਰਾਤ ਉਹ ਆਪਣੀ ਪ੍ਰੇਮਿਕਾ ਦੇ ਨਾਲ ਵਟਸਐਪ 'ਤੇ ਗੱਲ ਕਰ ਰਿਹਾ ਸੀ ਅਤੇ ਇਸੇ ਕਾਲ ਦੇ ਵਿੱਚ ਨਾਲ ਹੀ ਰਸਨਪ੍ਰੀਤ ਨਾਮ ਦਾ ਮੁੰਡਾ ਵੀ ਜੁੜਿਆ ਹੋਇਆ ਸੀ। ਇਸੇ ਫੋਨ ਕਾਲ ਦੇ ਵਿੱਚ ਇਹ ਤਿੰਨੋਂ ਜਾਣੇ ਸਨ, ਦੋ ਮੁੰਡੇ ਅਤੇ ਇੱਕ ਕੁੜੀ ਆਪਸ ਦੇ ਵਿੱਚ ਗੱਲ ਕਰ ਰਹੇ ਸਨ। ਬਹਿਸ ਹੁੰਦੀ ਹੈ ਅਤੇ ਬਹਿਸ ਤੋਂ ਬਾਅਦ ਕੁਲਵਿੰਦਰ ਦੀ ਜਾਨ ਜਾਂਦੀ ਹੈ। ਇਹਨਾਂ ਦੇ ਨਾਲ ਇਹ ਸਾਰਾ ਜੁੜਿਆ ਹੋਇਆ ਮਾਮਲਾ ਪਤਾ ਲੱਗਿਆ ਕਿ ਲੜਕੀ ਦੇ ਵੱਲੋਂ ਕਿਸ ਤਰ੍ਹਾਂ ਦੇ ਨਾਲ ਕੁਲਵਿੰਦਰ ਦੀ ਜਾਨ ਲਈ ਗਈ ਹੈ, ਕਿਉਂਕਿ ਪਰਿਵਾਰਕ ਮੈਂਬਰ ਕੁੜੀ 'ਤੇ ਇਲਜ਼ਾਮ ਲਗਾ ਰਹੇ ਨੇ ਕਿ ਉਹ ਮੁੰਡੇ ਨੂੰ ਆਪਣੇ ਕੋਲ ਨਹੀਂ ਬੁਲਾ ਰਹੀ ਸੀ, ਜਦੋਂ ਕਿ ਪੈਸੇ ਵੀ ਮੁੰਡੇ ਨਹੀਂ ਲਗਾਏ ਅਤੇ ਹੁਣ ਟਿਕਟ ਵੀ ਉਹ ਲਈ ਬੈਠਾ ਸੀ। ਪਰ ਉਸ ਤੋਂ ਬਾਅਦ ਕੁੜੀ ਦੇ ਧੋਖੇ ਦੇ ਕਾਰਨ ਮੁੰਡੇ ਦੀ ਜਾਨ ਗਈ ਹੈ। ਦੱਸ ਦਈਏ ਕਿ ਪਟਿਆਲਾ ਦੀ ਰਹਿਣ ਵਾਲੀ ਲੜਕੀ ਦੇ ਨਾਲ ਮੁੰਡੇ ਦੇ ਸੰਬੰਧ ਸਨ ਅਤੇ ਉਹ ਕੁੜੀ 2 ਮਹੀਨੇ ਪਹਿਲਾਂ ਹੀ ਇੰਗਲੈਂਡ ਚਲੀ ਗਈ, UK ਚਲੀ ਗਈ, ਜਦੋਂ ਕਿ ਕੁਲਵਿੰਦਰ ਸਿੰਘ ਨੇ ਉਸਨੂੰ ਬਾਹਰ ਭੇਜਣ ਦੇ ਲਈ ਆਪਣੇ 7 ਲੱਖ ਰੁਪਏ ਖਰਚ ਕੀਤੇ ਸਨ। ਉਸਨੂੰ ਬਾਹਰ ਲਿਜਾਣ ਦੇ ਸੁਪਨੇ ਉਸ ਕੁੜੀ ਨੇ ਬਹੁਤ ਦਿਖਾਏ, ਪਰ ਉਹ ਸੁਪਨੇ ਸਾਰੇ ਝੂਠੇ ਨਿਕਲੇ, ਸੱਚ ਕੋਈ ਵੀ ਨਹੀਂ ਹੋਇਆ ਅਤੇ ਹੁਣ ਕੁਲਵਿੰਦਰ ਦੀ ਜਾਨ ਗਈ ਹੈ। ਪਰਿਵਾਰਕ ਮੈਂਬਰਾਂ ਦੇ ਵੱਲੋਂ ਦੱਸਿਆ ਗਿਆ ਕਿ ਉਹ ਲਾਰਾ ਲੱਪਾ ਲਾ ਰਹੀ ਸੀ ਅਤੇ ਬੀਤੀ ਰਾਤ ਨੂੰ ਕਰੀਬ 12 ਵਜੇ ਦੋਨਾਂ ਦੇ ਵਿੱਚ ਲੰਬੀ ਬਹਿਸ ਹੁੰਦੀ ਹੈ, ਗੱਲਬਾਤ ਹੋ ਰਹੀ ਸੀ ਅਤੇ ਉਸ ਮਗਰੋਂ ਉਹਨਾਂ ਦੇ ਮੁੰਡੇ ਦੀ ਜਾਨ ਚਲੀ ਗਈ। ਇਸ ਸੰਬੰਧੀ ਥਾਣਾ ਮੁਖੀ ਸਦਰ ਦੇ ਅਵਤਾਰ ਸਿੰਘ ਦੇ ਵੱਲੋਂ ਦੱਸਿਆ ਗਿਆ ਕਿ ਕੋਮਲਪ੍ਰੀਤ ਕੌਰ ਦੇ ਖਿਲਾਫ਼ ਇਹ ਮਾਮਲਾ ਦਰਜ ਹੋਇਆ। ਥਾਣਾ ਮੁਖੀ ਅਵਤਾਰ ਸਿੰਘ ਨੇ ਦੱਸਿਆ ਕਿ ਨੌਜਵਾਨ ਦੇ ਗੋਲੀ ਮੋਬਾਈਲ ਨੂੰ ਚੀਰਦੀ ਹੋਈ ਨਿਕਲੀ ਹੈ। ਉਹਨਾਂ ਦੱਸਿਆ ਕਿ ਅਗਲੀ ਕਾਰਵਾਈ ਡਾਕਟਰਾਂ ਦੀ ਰਿਪੋਰਟ ਆਉਣ ਤੋਂ ਬਾਅਦ ਕੀਤੀ ਜਾਵੇਗੀ ਅਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਜਾਵੇਗੀ। ਦੱਸ ਦਈਏ ਕਿ ਇਹ ਖਬਰ ਪਟਿਆਲਾ ਦੇ ਪਿੰਡ ਨਸੂਪੁਰ ਤੋਂ ਸਾਹਮਣੇ ਆ ਰਹੀ ਸੀ, ਜਿੱਥੇ ਇੱਕ ਨੌਜਵਾਨ ਮੁੰਡੇ ਦੀ ਜਾਨ ਉਸਦੀ ਪ੍ਰੇਮਿਕਾ ਦੇ ਕਰਕੇ ਚਲੀ ਗਈ। ਕਾਬਲ ਸਿੰਘ ਜੀ ਹੈ ਜੀ, ਕਾਬਲ ਸਿੰਘ, ਕਾਬਲ ਸਿੰਘ ਜੀ, ਹਾਂਜੀ, ਇਹ ਭਤੀਜਾ ਜੀ ਆ। ਕਿਉਂ ਮਰ ਗਏ ਨੇ? ਇਹ ਮਾਰੇ ਜੀ ਕੁੜੀ ਦਾ, ਮਤਲਬ ਕਿ ਕੁੜੀ ਨੇ ਕਿਹਾ ਜੀ ਮੈਨੂੰ ਬਾਹਰ ਕਰ ਲਾ ਅਤੇ ਮੈਂ ਤੈਨੂੰ ਮਤਲਬ ਕਿ ਲੈ ਕੇ ਜਾਵਾਂਗੇ ਨਾਲ, ਅਤੇ ਖਰਚਾ ਸਾਰਾ ਇਹਦਾ ਕਰਾ ਤਾ, ਖਰਚਾ ਕਰਾ ਕੇ ਅਤੇ ਮਤਲਬ ਕਿ ਹੁਣ ਲਾਰੇ ਲਾਈ ਜਾਂਦੀ ਸੀ ਅਤੇ ਹੁਣ ਮਤਲਬ ਕਿ ਜਵਾਬ ਦਿੱਤਾ ਉਹਨੇ ਵੀ ਮੈਂ ਲਿਆ ਨਹੀਂ ਸਕਦਾ। ਬਹਿਸ ਹੁੰਦੀ ਰਹੀ ਤਿੰਨ ਚਾਰ ਦਿਨ ਬਹਿਸ ਹੋਈ ਹੈ ਅਤੇ ਉਸ ਤੋਂ ਬਾਅਦ ਮੁੰਡਾ ਟੈਨਸ਼ਨ 'ਚ ਆ ਗਿਆ ਕਿ ਮੈਂ ਲਿਜਾਂਦੀ ਵੀ ਨਹੀਂ ਅਤੇ ਖਰਚਾ ਵੀ ਮੈਂ ਕਰ ਲਿਆ ਵੇ, ਅਤੇ ਹੁਣ ਬਾਅਦ 'ਚ ਰਾਤ ਬਹਿਸ ਹੋਈ ਬਹੁਤ ਜ਼ਿਆਦਾ ਉਹਨਾਂ ਦੀ, ਫਿਰ ਇਹਨੇ ਮਤਲਬ ਕਿ ਉਹਨੂੰ ਕਾਨੂੰਨ ਮੋਬਾਇਲ ਲਾਇਆ ਸੀ ਅਤੇ ਉੱਧਰੋਂ ਗੋਲੀ ਚਲਾ ਦਿੱਤੀ। ਲੜਕੀ ਪਟਿਆਲੇ ਦੀ, ਪਟਿਆਲੇ ਦੀ। ਪੈਸੇ ਇਹਨੇ ਲਾਏ ਨੇ ਕੁਲਵਿੰਦਰ ਸਿੰਘ? 7 ਲੱਖ ਪਹਿਲਾਂ ਜੀ, 50,000 ਫਿਰ। ਕਿੰਨੇ ਪੈਸੇ ਲਾਏ ਜੀ? 7 ਲੱਖ ਪਹਿਲਾਂ ਅਤੇ 50,000 ਫਿਰ। ਨਾਮ ਕੀ ਸੀ ਲੜਕੀ ਦਾ? ਕੋਮਲਪ੍ਰੀਤ। ਲਖਵਿੰਦਰ ਸਿੰਘ? ਲਖਵਿੰਦਰ ਸਿੰਘ। ਲਖਵਿੰਦਰ ਸਿੰਘ ਕੀ ਮਾਰ ਜੀ? ਸਟੈਟ ਦੇ ਇਸ ਕਰਕੇ ਲੜਕੀ ਦਾ ਚੱਕਰ ਸੀ ਜੀ, ਉਹ ਪਹਿਲਾਂ ਕੁੜੀ ਨੂੰ ਲਾਰੇ ਲਾਉਂਦੀ ਰਹੀ, ਸਾਰਾ ਖਰਚਾ ਇਹ ਤੋਂ ਲੈ ਕੇ ਇੰਗਲੈਂਡ ਆਉਂਦੀ, ਤੈਨੂੰ ਮੈਂ ਸੱਦਾਂਗੀ, ਬਾਅਦ 'ਚ ਜਵਾਬ ਦੇਗੀ। ਉਸੇ ਵਜ੍ਹਾ ਨੇ ਰਾਤ ਇਹਦੀ ਬੈਂਸ ਚੱਲਦੀ ਰਹੀ ਉਹਨਾਂ ਨਾਲ 2 ਘੰਟੇ, ਅਤੇ ਮੋਬਾਈਲ ਉਦੋਂ ਕਰਨ ਨੂੰ ਸੀ ਇਹਦਾ, ਜਦੋਂ ਉਹਨੇ ਜਵਾਬ ਦਿੱਤਾ ਹੈ ਵੀ ਮੈਂ ਤੈਨੂੰ ਨਹੀਂ ਲਿਜਾਣਾ, 50,000 ਦੀ ਟਿਕਟ ਵੀ ਉਹਨੂੰ ਕਰਾ ਲਈ ਸੀ ਉਦੋਂ ਬਾਅਦ 'ਚ। ਉਦੋਂ ਬਾਅਦ ਫਿਰ ਕੁੜੀ ਨੇ ਸਮਾਣੇ ਦਾ ਇੱਕ ਮੁੰਡਾ ਉਹਨੂੰ ਭੇਜਿਆ ਵੀ ਉਹਨੇ ਗੋਲੀ ਚਲਾ ਲਈ, ਜਾ ਕੇ ਪਤਾ ਕਰ, ਜਦੋਂ ਉਹਨੇ ਫੋਨ ਕੀਤਾ ਦੂਜੇ ਮੁੰਡੇ ਨੂੰ ਜਾ ਕੇ ਵੇਖਿਆ ਉਸ ਟਾਈਮ ਡੈੱਡ ਹੋ ਚੁੱਕਾ ਸੀ। ਅੱਛਾ, ਹਾਂਜੀ, ਉਹਦਾ ਫੋਨ ਵੀ ਆਇਆ ਲੜਕੀ ਦਾ? ਹਾਂਜੀ, ਹਾਂ, ਲੜਕੀ ਦਾ ਫੋਨ ਆਇਆ ਸਮਾਣੇ ਦਾ ਮੁੰਡਾ, ਸਮਾਣੇ ਦਾ ਮੁੰਡਾ, ਹਾਂਜੀ।
ਉਹ ਮੁੰਡਾ ਐਡ ਕੀਤਾ ਸੀ ਇਹਨਾਂ ਨਾਲ ਜੀ ਵਿੱਚ। ਅੱਛਾ, ਤੇ ਤਿੰਨਾਂ ਦੀ ਗੱਲ ਉਧਰੋਂ ਹੀ ਚੱਲਦੀ, ਉਹ ਮਾਵਾਂ ਧੀਆਂ ਉਹ ਸਾਨੂੰ ਇੱਕ ਨਾਲ ਪੈਸੇ ਇਹ 7.5 ਲੱਖ ਲਾਉਣੇ ਅਤੇ 50,000 ਦੀ ਟਿਕਟ ਹੋਣੀ, ਸਾਰੇ ਪਰੂਫ ਨੇ ਜੀ ਇਹਦੇ ਕੋਲ। ਕਰੀਬ ਮੈਨੂੰ 11 ਵਜੇ ਮੈਨੂੰ ਇਨਫੋਰਮੇਸ਼ਨ ਦਿੱਤੀ ਹੈ ਮੇਰੇ ਥਾਣੇਦਾਰ ਜਸਵਿੰਦਰ ਸਿੰਘ ਨੇ, ਜੋ ਉਹਦਾ ਭਾਣਜਾ ਸੀਗਾ ਇਹ ਬਲਵਿੰਦਰ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਮਸ਼ਹੂਰ, ਠੀਕ ਹੈ। ਇਹ ਜੋ ਇੱਕ ਲੜਕੀ ਸੀ ਕੋਮਲਪ੍ਰੀਤ ਕੌਰ ਪਟਿਆਲੇ ਦੀ ਰਹਿਣ ਵਾਲੀ ਸੀਗੀ, ਆਪ 'ਚ ਇਹਦੇ ਨਾਲ ਫੇਅਰ ਹੈਗਾ ਸੀਗਾ ਅਤੇ ਉਹ ਲੜਕੀ UK ਚਲੀ ਗਈ ਕਰੀਬ 2 ਮਹੀਨੇ ਪਹਿਲਾਂ। ਅਤੇ ਇੱਕ ਰਾਤ ਜੋ ਦੱਸਿਆ ਵੀ 12-1 ਵਜੇ ਜਿਹੜਾ ਇਹਦਾ ਭਾਣਜਾ ਸੀਗਾ ਉਹ, ਅਤੇ ਇਹ ਆਪਣੇ ਵੀਡੀਓ ਕਾਨਫਰੰਸ ਦੇ ਮੋਬਾਈਲ 'ਤੇ ਵਟਸਐਪ ਰਾਹੀਂ ਕਾਪ 'ਚ ਗੱਲ ਕਰ ਰਹੇ ਸੀਗੇ। ਉਹਨੇ ਕੁਝ ਟਾਈਮ ਲਈ, ਠੀਕ ਹੈ, ਰਸ਼ਨਪ੍ਰੀਤ ਨਾਂ ਦਾ ਲੜਕਾ ਸੀਗਾ ਉਹਨੂੰ ਵੀ ਐਡ ਕੀਤਾ ਸੀਗਾ। ਅਤੇ ਇਹਨਾਂ ਨੇ ਗੱਲ ਹੁੰਦੀ ਚੱਲਦੀ ਰਹੀ, ਠੀਕ ਹੈ, ਕਿਸੇ ਗੱਲ ਤੋਂ ਇਹਨਾਂ ਦੀ ਕੋਈ ਨਾਰਾਜ਼ਗੀ ਸੀ, ਪਰ ਜਿਹੜਾ ਹੈਗਾ ਪਲਵਿੰਦਰ ਸਿੰਘ ਸੀ ਇਹਨੇ ਜਦੋਂ ਉਹ ਗਈ ਸੀ ਲੜਕੀ ਕਹਿੰਦਾ 7 ਲੱਖ ਰੁਪਇਆ ਇਹਨੂੰ ਭੇਜਣ ਦੇ ਵਿੱਚ ਇਹਨੇ ਪਾਇਆ ਸੀਗਾ ਉਹਨੂੰ ਦੇਣ ਵਾਸਤੇ। ਬਾਕੀ ਜੋ ਹਲੇ ਸਾਡੀ ਤਫਤੀਸ਼ ਦਾ ਵਿਸ਼ਾ ਬਾਕੀ ਅਸੀਂ ਉਹ ਚੱਲ ਰਹੀ ਆ, ਬਾਕੀ ਹਲੇ ਕਰ ਰਹੇ ਅਸੀਂ ਕਰ ਪਰ ਸੀਗਾ ਮੋਬਾਈਲ ਰੱਖਿਆ ਦੀ ਮੋਬਾਈਲ ਦੇ ਵਿੱਚ ਹੀ ਗੋਲੀ ਲੰਘੀ ਹੋਈ ਆ ਅਤੇ ਜਿਹੜਾ ਹੈਗਾ ਗੋਲੀ ਮਾਰ ਲੱਗੀ ਹੈ। ਅਸੀਂ ਹਲੇ ਪੋਸ਼ਣ ਕਰਵਾ ਰਹੇ ਹਾਂ ਜੀ, ਅਤੇ ਜਿਹੜਾ ਫਰਦਰ ਉਸ ਲੜਕੀ ਕੋਮਲਪ੍ਰੀਤ ਦੇ ਕੌਰ ਦੇ ਖਿਲਾਫ਼ ਅਸੀਂ ਜੋ ਵੀ ਹੈਗਾ ਉਹ ਐਕਸ਼ਨ ਲੈ ਰਹੇ ਸੀ। ਪਰਿਵਾਰ ਨੇ ਕੋਈ ਬਿਆਨ ਲਿਖਾਇਆ ਤੁਹਾਨੂੰ? ਉਹ ਲਿਖਵਾ ਰਹੇ ਨੇ ਜੀ, ਉਹ ਚੱਲ ਰਹੇ ਨੇਗੇ, ਲਿਖਾਉਣ ਲੱਗੇ ਹੋਏ ਨੇਗੇ, ਠੀਕ ਹੈ ਨਾ। ਅਤੇ ਇਸ ਕਰਕੇ ਜੋ ਹਲੇ ਤਫਤੀਸ਼ ਦਾ ਸਾਡਾ ਵਿਸ਼ਾ ਬਾਕੀ ਆ, ਠੀਕ ਹੈ। ਇੱਕੋ ਗੋਲੀ ਲੱਗੀ ਹੋਈ ਹੈ ਜੀ, ਐਂ ਮੌਕਾ ਦੇਖ ਕੇ ਇੱਕੋ ਗੋਲੀ ਲੱਗੀ ਹੋਈ ਹੈ, ਠੀਕ ਹੈ।